ਤਖ਼ਤ ਸ੍ਰੀ ਪਟਨਾ ਸਾਹਿਬ ਦੀ ਡਿਊਟੀ ਦੇ ਬਾਹਰ ਇੱਕ ਇਨਸਾਨ ਮਿਲੇ ਜਿਹੜੇ ਬਿਹਾਰ ਪੁਲਿਸ ਵੱਲੋਂ ਨੌਕਰੀ ਕਰਦੇ ਆ ਅਤੇ ਬਾਹਰ ਉਹਨਾਂ ਦੀ ਹਾਜ਼ਰੀ ਹੁੰਦੀ ਆ। ਕੁਝ ਗੱਲਾਂ ਉਹਨਾਂ ਕੋਲੋਂ ਪੁੱਛਦੇ ਹਾਂ ਕਿ ਇੱਥੇ ਕਾਰਜ ਕਰਦੇ ਆ ਉਹਨਾਂ ਨੂੰ ਕੀ ਮਹਿਸੂਸ ਹੁੰਦਾ। ਸੋ ਮੇਰੇ ਨਾਲ ਨੇ ਇਸ ਵੇਲੇ ਉਹ ਇਨਸਾਨ। ਤੁਹਾਡਾ ਨਾਮ? ਮੇਰਾ ਨਾਮ ਗੋਵਰਧਨ ਪਾਸਵਾਨ, ਪੁਰਾਣੀ ਸਬ ਇੰਸਪੈਕਟਰ। ਅਬ ਯਹਾਂ ਪਰ ਤਖ਼ਤ ਸਾਹਿਬ ਕੇ ਬਾਹਰ ਸੇਵਾ ਕਰ ਰਹੇ ਹੈ ਜੀ, ਜੋਬ ਹੈ ਸੇਵਾ ਜੀ। ਮਨ ਕੋ ਕਿਆ ਮਹਿਸੂਸ ਹੋਤਾ ਹੈ? ਯਹਾਂ ਬਹੁਤ ਸ਼ਾਂਤੀ ਮਿਲਤਾ ਹੈ ਜੀ। ਇਸ ਕੇ ਇਲਾਵਾ ਕਹੀਂ ਆਪ ਔਰ ਕਿਸੀ ਥਾਨੇ ਮੇ ਲਗੇ ਹੋਤੇ ਤੋ ਵਹਾਂ ਸੇ ਇਸ ਪਾਵਨ ਸਥਾਨ ਕਾ ਕਿਆ ਫਰਕ ਲਗਤਾ ਹੈ? ਹਮ ਲੋਗ ਤੋ ਬਹਾਲੀ ਕੀਆ ਗਿਆ ਹੈ ਕੇਵਲ ਹਰ ਜਗ੍ਹਾ ਰਹਨੇ ਕੇ ਬਾਅਦ ਮੇ ਜਨਤਾ ਕੋ ਸੇਵਾ ਕਰਨੇ ਕੇ ਲੀਏ, ਲੇਕਿਨ ਵਹਾਂ ਸੇ ਯਹਾਂ ਤੋ ਬਹੁਤ ਜ਼ਿਆਦਾ ਸ਼ਾਂਤੀ ਮਿਲਤਾ ਹੈ। ਉਦੇਸ਼ ਤੋ ਹਮ ਲੋਗ ਕੇ ਹੈ ਹਰ ਜਗ੍ਹਾ ਸੇਵਾ ਕਰਨਾ ਹੈ, ਲੇਕਿਨ ਯਹਾਂ ਪਰ ਰਹਨੇ ਸੇ ਬਹੁਤ ਜ਼ਿਆਦਾ ਸੇਵਾ ਕਰਨੇ ਕੀ ਇੱਛਾ ਕਰਤਾ ਹੈ। ਆ ਲੋਗ ਕੇ ਆਤੇ ਹੈ ਉਨਕੋ ਆਦਰ ਕਰਨੇ ਮੇ ਬਹੁਤ ਦੂਰ ਦੂਰ ਸੇ ਆਤੇ ਹੈ ਲੋਗ। ਆਪਕਾ ਪਰਿਵਾਰ ਵੀ ਖੁਸ਼ ਹੈ ਕਿ ਆਪ ਯਹਾਂ ਪਰ ਜੌਬ ਕਰਤੇ ਹੋ? ਹਾਂ, ਬਹੁਤ ਹਮ ਕੈਮੂਰ ਜ਼ਿਲ੍ਹਾ ਸੇ ਆਏ ਔਰ ਪ੍ਰਮੋਸ਼ਨ ਹੋ ਕਰ ਔਰ ਯਹਾਂ ਹਮਕੋ ਦੀਆ ਗਿਆ, ਬਹੁਤ ਸ਼ਾਂਤੀ ਮਿਲ ਰਹਾ ਹੈ ਪਹਿਲੇ ਆਨੇ ਕੇ ਬਾਅਦ ਮੇ। ਕਿਤਨੇ ਸਮੇਂ ਸੇ ਆਪ ਯਹਾਂ ਪਰ? ਹਮ ਕੇਵਲ 15 ਦਿਨ ਸੇ ਹੈ ਅਭੀ ਆਏ ਹੈ ਜੀ। ਠੀਕ ਹੈ। ਜੋ ਸਿੱਖ ਸੰਸਾਰ ਹੈ ਜੀ, ਸਿੱਖ ਕੌਮ ਪੂਰੇ ਸੰਸਾਰ ਮੇ ਫੈਲੀ ਹੋਈ ਹੈ, ਉਨਕੋ ਆਪ ਕਿਆ ਕਹਿਣਾ ਚਾਹਤੇ ਹੈ ਕਿ ਯਹਾਂ ਪ੍ਰਦਰਸ਼ਨ ਕਰਨੇ ਹੋਗੇ? ਹਮ ਤੋ ਜੋ ਆਤੇ ਹੈ ਸੇ ਸਭ ਸੇ ਹਾਥ ਜੋੜ ਕੇ ਕਹਤੇ ਹੈ ਕਿ ਹਾਂ ਆਈਏ ਬਾਬਾ ਕੇ ਦਰਬਾਰ ਮੇ ਮੱਥਾ ਟੇਕੀਏ ਔਰ ਬਾਬਾ ਸੇ ਬਾਬਾ ਕੇ ਸਿੱਖਾ ਦੀਕਸ਼ਾ ਕੋ ਆਦਰ ਕੀਜੀਏ।